ਪਈ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਕਾਰਜਕਾਰੀ ਜਥੇਦਾਰ ਸੀ ਰਕਾਲਤ ਕਸਬ ਗਿਆਨੀ ਹਰਪ੍ਰੀਤ ਸਿੰਘ ਮੁੱਦਾ ਤੁਸੀਂ ਸੁਣਿਆ ਹੀ ਹੋਣਾ ਕਿ ਕਿਸ ਤਰ੍ਹਾਂ ਜਿਹੜਾ ਜਥੇਦਾਰ ਸਾਹਿਬ ਦੇ ਬਿਆਨ ਸਾਹਮਣੇ ਆ ਰਹੇ ਨੇ ਢੱਡਰੀਆਂ ਵਾਲੇ ਕਹਿ ਰਹੇ ਨੇ ਕਿ ਮੈਂ ਅਕਾਲ ਤਖਤ ਤੇ ਜਾਵਾਂਗਾ ਪਰ ਮੈਂ ਜਥੇਦਾਰ ਦੇ ਅੱਗੇ ਪੇਸ਼ ਨਹੀਂ ਹੋਣਾ ਇਹਨੂੰ ਸਾਰੇ ਘਟਨਾਕਰਮ ਨੂੰ ਕਿਦਾਂ ਦੇਖਦੇ ਹੋ ਤੁਸੀਂ ਤੁਹਾਡੀ ਸੋਚ ਕੀ ਕਹਿੰਦੀ ਹੈ ਕਿਉਂਕਿ ਤੁਸੀਂ ਉਸ ਵੇਲੇ ਸਿੱਖ ਸੰਘਰਸ਼ ਚ ਰਹੇ ਹੋ ਅੱਜ ਵੀ ਕਿਤਨਾ ਕਿਤੇ ਚੀਜ਼ ਤਾਂ ਪੈੰਦੀ ਹੋਣੀ ਕਿ ਪੰਥ ਦੇ ਵਿੱਚ ਕੀ ਕੁਝ ਹੋ ਰਿਹਾ ਦੇਖੋ ਢੱਡਰੀਆਂ ਵਾਲੇ ਜਿਹੜੇ ਆ ਉਹ ਉਹ ਵੀ ਸਤਕਾਰਤ ਸ਼ਖਸੀਅਤ ਇੱਥੇ ਹੈਗੀ ਆ ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪ੍ਰਚਾਰ ਕਰਦੇ ਆ ਸਿੱਖ ਸੰਸਥਾ ਦਾ ਇੱਕ ਮੁੰਡ ਜਿਹੜਾ ਹੈ ਉਹ ਸ਼ੁਰੂ ਤੋਂ ਹੀ ਅਕਾਲ ਤਖਤ ਸਾਹਿਬ ਹਾਂ ਉਸ ਜਗ੍ਹਾ ਦੇ ਜਿਹੜੇ ਜਥੇਦਾਰ ਆ ਵਿੱਚੋਂ ਕਈ ਕਮਜ਼ੋਰ ਜਥੇਦਾਰ ਆ ਜਿਹੜੇ ਸਰਕਾਰਾਂ ਦੇ ਨਾਲ ਸਰਕਾਰਾਂ ਤੇ ਨਿਭ ਕੇ ਚੱਲਦੇ ਰਹੇ ਆ ਲੇਕਿਨ ਐਜ਼ ਅ ਸਿੱਖ ਐਜ਼ ਅ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕੌਮ ਨੂੰ ਬੁਲੰਦੀਆਂ ਤੇ ਲਿਜਾਣਾ ਨਾ ਕਿ ਆਪਣੀ ਕੌਮ ਦਾ ਆਪ ਭੰਡੀ ਭੰਡ ਭੰਡ ਕਰਨਾ ਜੇ ਕਿਸੇ ਗ੍ਰੰਥ ਦੇ ਵਿੱਚ ਕੋਈ ਚੀਜ਼ ਗਲਤ ਲਿਖ ਹੋ ਗਈ ਜਾਂ ਕਿਉਂਕਿ ਲਿਖਣ ਵਾਲੇ ਇਤਿਹਾਸਕਾਰ ਹੀ ਹੁੰਦੇ ਆ ਉਹਨਾਂ ਨੇ ਜੋ ਲਿਖਿਆ ਦੇਖਿਆ ਹੁੰਦਾ ਹੈ ਮੌਕੇ ਤੇ ਉਹ ਲਿਖ ਦਿੰਦੇ ਆ ਕਈ ਜਗ੍ਹਾ ਤੇ ਜਦੋਂ ਜਿਹੜੀ ਸਿੱਖ ਕੌਮ ਆ ਇਹ ਲੜਾਈ ਲੜਨ ਵਾਲੀ ਕੌਮ ਰਹੀ ਆ ਇਹ ਬਹੁਤ ਸਾਡਾ ਜਿਹੜਾ ਇਤਿਹਾਸ ਆ ਉਸ ਟਾਈਮ ਦਾ ਲਿਖਿਆ ਹੋਇਆ ਨਹੀਂ ਸਾਂਭਿਆ ਜਾ ਸਕਦਾ ਕਿਉਂਕਿ ਅਸੀਂ ਖੁਦ ਲੜਾਈਆਂ ਦੇ ਵਿੱਚ ਰਹੇ ਆ ਸ਼ਾਮਲ ਰਹੇ ਆ ਕੌਮਦਿਆਂ ਦੇ ਵਿੱਚ ਸਾਨੂੰ ਪਤਾ ਏ ਬਹੁਤ ਇਹੋ ਜਿਹੀਆਂ ਚੀਜ਼ਾਂ ਆ ਭਾਈ ਮਾਨੋਚਾਲ ਨੇ ਬਹੁਤ ਵਧੀਆ ਪੋਰਟਰੀ ਰੱਖੀ ਸੀ ਕਪਤਾਵਾ ਲਿਖੀਆਂ ਸੀਗੀਆਂ ਉਹ ਕਪਤਾਵਾ ਨੂੰ ਪੁਲਿਸ ਨੇ ਇੱਕ ਐਸਾ ਰੂਪ ਦਿੱਤਾ ਕਿ ਉਹ ਇੱਕ ਆਸ਼ਿਕ ਨੂੰ ਲਿਖੀ ਹੋਈ ਮਤਲਬ ਆਸ਼ਕ ਮਸੂਕ ਦੀ ਗੱਲ ਬਣਾਤੀ ਜਦ ਕਿ ਬਾਬਾ ਮਾਨੋਚ ਹਲ ਨੇ ਜਿਹੜੀ ਉਹ ਪ੍ਰਮਾਤਮਾ ਨੂੰ ਜਿੱਦਾਂ ਗਰਵਾਣੀ ਦੇ ਵਿੱਚ ਪ੍ਰਮਾਤਮਾ ਨੂੰ ਆਪਣੇ ਗੁਰੂ ਸਾਹਿਬਾਨ ਨੇ ਕਈ ਜਗ੍ਹਾ ਤੇ ਬਹੁਤ ਔਰਤ ਦਾ ਆਪਣੇ ਆਪ ਨੂੰ ਔਰਤ ਸਮਝ ਕੇ ਪ੍ਰਮਾਤਮਾ ਨੂੰ ਪਤੀ ਦਾ ਰੂਪ ਦਿੱਤਾ ਹੋਇਆ ਸੋ ਭਾਈ ਢੰਡਰੀਆਂ ਵਾਲੇ ਆ ਜਿਹੜੇ ਨਾ ਇਹ ਵੀ ਮੈਨੂੰ ਇਹ ਲੱਗਦਾ ਵੀ ਇਹ ਜਾਂ ਤਾਂ ਹੰਕਾਰ ਦੇ ਵਿੱਚ ਆ ਗਏ ਜਾ ਉਹਨਾਂ ਨੂੰ ਇਹ ਲੱਗ ਰਿਹਾ ਵੀ ਮੇਰੇ ਤੋਂ ਇਲਾਵਾ ਕੋਈ ਪ੍ਰਚਾਰਕ ਪ੍ਰਚਾਰਕ ਨਹੀਂ ਹੈਗਾ ਸਿੱਖੀ ਦਾ ਪ੍ਰਚਾਰ ਭਾਈ ਢੰਡਰੀਆਂ ਵਾਲਿਆਂ ਨੂੰ ਜੇ ਉਹ ਸੋਚਣ ਵੀ ਸਿੱਖ ਕੌਮ ਨੂੰ ਅਸੀਂ ਬਲੰਦੀਆਂ ਤੇ ਲਿਜਾਣਾ ਸਿੱਖ ਕੌਮ ਵਿੱਚ ਏਕਾ ਕਰਨਾ ਫਿਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਆ ਜਿੱਦਾਂ ਕਥਾ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵੀ ਹੈਗਾ ਬਾਬਾ ਬੰਤਾ ਸਿੰਘ ਵੀ ਹੈਗਾ ਬੜੇ ਕਥਾਕਾਰ ਤੁਸੀਂ ਦਸਮ ਗ੍ਰੰਥ ਵਿੱਚ ਜੇ ਉਹਨਾਂ ਨੂੰ ਲੱਗਦਾ ਹੈ ਬਈ ਕੁਝ ਊਣ ਤਾਈਆਂ ਹੈਗੀਆਂ ਉਹ ਤਾਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਤੋਂ ਇੱਕ ਹੋ ਗਿਆ ਸੀ ਬਈ ਇਹ 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 ਚੀਜ਼ਾਂ ਰਾਗਮਾਲਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਤੇ ਪੜੀ ਜਾਂਦੀ ਆ ਤੇ ਦਰਬਾਰ ਸਾਹਿਬ 'ਚ ਨਹੀਂ ਪੜੀ ਜਾਂਦੀ ਜੇ ਅਸੀਂ ਵੈਸੇ ਰੌਲਾ ਬਣਾਈਏ ਇਸ ਚੀਜ਼ ਦਾ ਉਹ ਵੀ ਮਾੜੀ ਗੱਲ ਹੈ ਗਰਬਾਣੀ ਤਾਂ ਮੂਲ ਮੰਤਰ ਪੜ੍ਹ ਲਓ ਤੁਸੀਂ ਮੂਲ ਮੰਤਰ ਤਾਂ ਜਾਪ ਕਰ ਲਓ 2 ਘੰਟੇ ਉਹ ਵੀ ਤੁਹਾਡੇ ਵਾਸਤੇ ਬਹੁਤ ਸਹਾਇਕ ਹੋਣਾ ਹੈ ਜੇ ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਉਹ ਵੀ ਸਹਾਇਕ ਹੋਣਾ ਗੱਲ ਤਾਂ ਇਹ ਆ ਵੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਆਪਣਾ ਹਉਮਾ ਹੰਕਾਰ ਛੱਡ ਕੇ ਉਹਨਾਂ ਨੂੰ ਆਪਣੀ ਇੱਕ ਅ ਨਵਾਨੇ ਸਿੱਖ ਦੇ ਤੌਰ ਤੇ ਆਪਣੇ ਜਿਹੜੇ ਵਿਚਾਰਧਾਰਾ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਇੱਕ ਕਮੇਟੀ ਬਣਾਓ ਉਸ ਕਮੇਟੀ ਦੇ ਵਿੱਚ ਆਪਣੇ ਆਪਣੇ ਜੋ ਜੋ ਉਹਨਾਂ ਨੂੰ ਲੱਗ ਰਿਹਾ ਕਮੀਆਂ ਗ੍ਰੰਥਾਂ ਦੀਆਂ ਜਾਂ ਉਹਨਾਂ ਨੂੰ ਲੱਗ ਰਿਹਾ ਵੀ ਇਹ ਸਾਡਾ ਆ ਚੀਜ਼ ਹੈ ਜਿਹੜੀ ਇਹ ਹੋਣ ਨਾਲ ਨੁਕਸਾਨ ਹੁੰਦਾ ਕੌਮ ਦਾ ਉਹ ਉੱਥੇ ਰੱਖਣੀ ਚਾਹੀਦੀ ਔਰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਇਹਨੂੰ ਤੁਸੀਂ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਾਓ ਇਤਿਹਾਸਕਾਰ ਪਰਚੋਲ ਕਰਨ ਇਤਿਹਾਸਕਾਰ ਜਦੋਂ ਪਰਚੋਲ ਕਰਨਗੇ ਉਹਦੇ ਚ ਆਪਣੇ ਇਤਿਹਾਸਕਾਰ ਜਿਹੜੇ ਉਹਨਾਂ ਦੇਖੋ ਉਹਨਾਂ ਦੇ ਵੀ ਫਾਲੋਅਰਸ ਬਹੁਤ ਆ ਉਹ ਫਾਲੋਅਰਸ ਦੇ ਵਿੱਚ ਇਤਿਹਾਸਕਾਰ ਵੀ ਹੋਣਗੇ ਉਹਨਾਂ ਦੇ ਨਾਲ ਵੀ ਉਹ ਇਤਿਹਾਸਕਾਰ ਪਰਚੋਲ ਕਰਨ ਉਦੋਂ ਤੱਕ ਤੁਸੀਂ ਕੋਈ ਵੀ ਗੱਲ ਤੁਸੀਂ ਕਿਸੇ ਵੀ ਸਟੇਜ ਤੇ ਨਹੀਂ ਕਰਨੀ ਜਾ ਉਹ ਪਾ ਇਹਨ ਰੀਸਿੰਗ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਰਦੇ ਆ ਮੈਂ ਕਹਿੰਦਾ ਜਿੱਥੇ ਨਹੀਂ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਜ਼ੂਰੀ ਉੱਥੇ ਵੀ ਇਹ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਸਾਡਾ ਜਿਹੜਾ ਵਿਸ਼ਵਾਸ ਸ਼ਰਧਾ ਹੈ ਉਹ ਸਿੱਖੀ ਦੇ ਵਿੱਚ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਉਹਨੂੰ ਲੋਕਾਂ ਨੂੰ ਜਿਹੜੇ ਹੋਰ ਸੇਖਾ ਜਿਹੜੇ ਭਾਈ ਰਣਜੀਤ ਸਿੰਘ ਦੇ ਨਹੀਂ ਫੋਲੋਅਰਸ ਹੈਗੇ ਉਹਨਾਂ ਦੇ ਦਿਲ ਪਰ ਬਹੁਤ ਠੇਸ ਲੱਗਦੀ ਹੈ ਠੇਸ ਤਾਂ ਲੱਗਦੀ ਹੈ ਪਰ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਸ਼ਿਕਵਾ ਹੈ ਕਿ ਤੁਸੀਂ ਸਾਡੇ ਵੱਲ ਨੂੰ ਆ ਜਾਂਦੇ ਹੋ ਦਮ ਨੀ ਟਕਸਾਲ ਜੋ ਕੁਝ ਹੋਇਆ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਚੱਲ ਰਿਹਾ ਵਿਵਾਦ ਉਹਦੇ ਤੇ ਕਿਉਂ ਨਹੀਂ ਕਰਦੇ ਜਦੋਂ ਜਥੇਦਾਰਾਂ ਨੇ ਰਾਮ ਰਹੀਮ ਨੂੰ ਮਾਫੀ ਦਿੱਤੀ ਉੱਥੇ ਕਿਉਂ ਨਹੀਂ ਚੱਲਦੇ ਸ਼੍ਰੋਮਣੀ ਕਮੇਟੀ ਚੰਨਾ ਕੁਝ ਹੋ ਰਿਹਾ ਉਧਰਲੇ ਪਾਸੇ ਕਿਉਂ ਨਹੀਂ ਜਾਂਦੇ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਉੱਥੇ ਢੱਡਰੀਆਂ ਵਾਲਾ ਸਹੀ ਹੈ ਜਾਂ ਗਲਤ ਹੈ ਦੇਖੋ ਜਿਹੜਾ ਉਹ ਕਹਿ ਰਹੇ ਆ ਦਮਦਮੇ ਟਕਸਾਲ ਦਮਦਮੇ ਟਕਸਾਲ ਨਾਲ ਉਹ ਨਿੱਜੀ ਦੁਸ਼ਮਣੀ ਨੂੰ ਕੌਮ ਦੇ ਵਿੱਚ ਨਾ ਲੈ ਕੇ ਉਹ ਕਰੇ ਉਹ ਕੌਮ ਦਾ ਇੱਕ ਹਿੱਸਾ ਹੋ ਸਕਦਾ ਭਾਈ ਢੰਡਰੀਆਂ ਵਾਲਾ ਵੀ ਇੱਕ ਹਿੱਸਾ ਹੈ ਕੌਮ ਦਾ ਦਮਦਮੇ ਟਕਸਾਲ ਵੀ ਇੱਕ ਹਿੱਸਾ ਹੈ ਉਹ ਆਪਣੀ ਜਗ੍ਹਾ ਪ੍ਰਚਾਰ ਕਰਦੀ ਆ ਉਹ ਉਹਨਾਂ ਦੀ ਜਿਹੜੀ ਲੜਾਈ ਆ ਉਹ ਇੱਕ ਮੂੰਹ ਦਾ ਜਵਾਨ ਦਾ ਰਸ ਜਿੱਦਾਂ ਕਹਿੰਦੇ ਆ ਵੀ ਜਿੱਦਾਂ ਪਰਵਿੰਦਰ ਸਿੰਘ ਬਾਸ ਨੇ ਗਾਲ ਕੱਢਣ ਤੇ ਥੱਪੜ ਮਾਰਤਾ ਉਦਾਂ ਹੀ ਜਿਹੜੀ ਆ ਗੋਲੀਬਾਰੀ ਇਹਨਾਂ ਦੀ ਹੋਈ ਆ ਆਪਸ ਵਿੱਚ ਇਹਨਾਂ ਦੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਜਿਹੜਾ ਜੋ ਬੋਲਿਆ ਉਹ ਉਹ ਉਹਦਾ ਇੱਕ ਇਹ ਨਹੀਂ ਕਿਹਾ ਜਾ ਸਕਦਾ ਭਾਈ ਹਰਨਾਮ ਬਾਬਾ ਹਰਨਾਮ ਸਿੰਘ ਢੁਮਾ ਨੇ ਉਹ ਕਤਲ ਕਰਵਾਇਆ ਉਹ ਜਿਹੜੇ ਜਿੱਦਾਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਫਾਲੋਅਰਸ ਆ ਜਾਂ ਕਿਸੇ ਹੋਰ ਦੇ ਫਾਲੋਅਰਸ ਆ ਜਾਂ ਉਹਨਾਂ ਦੇ ਜਿਹੜੇ ਉੱਥੇ ਸਿੱਖਿਆ ਲੈਂਦੇ ਆ ਜਿਹੜਾ ਖੂਨ ਗਰਮ ਹੁੰਦਾ ਹੈ ਨਵਾਂ ਖੂਨ ਉਹ ਗਰਮ ਹੁੰਦਾ ਕਈ ਵਾਰ ਉਹ ਨਹੀਂ ਬਰਦਾਸ਼ਤ ਕਰਦਾ ਜਿੱਦਾਂ ਸੰਤ ਭਿੰਡਰਾਂ ਵਾਲਿਆਂ ਨੂੰ ਕੋਈ ਬੋਲਦਾ ਸੀਗਾ ਉਹ ਸਿੱਖ ਨوجوان ਨਹੀਂ برداشت ਕਰਦੇ ਸੀ ਇਹੋ ਜੀ ਗੱਲ ਹੋਈ ਆ ਲੇਕਿਨ ਉਹਨੂੰ ਸਾਰੀਆਂ ਗੱਲਾਂ ਨੂੰ ਪਲਾ ਕੇ ਉਹ ਮੈਂ ਨਹੀਂ ਕਹਿੰਦਾ ਵੀ ਉਹ ਠੀਕ ਹੋਈ ਆ ਉਹ ਗਲਤ ਗੱਲ ਆ ਸਿੱਖ ਪ੍ਰਚਾਰਕਾਂ ਦੇ ਵਿੱਚ ਐਸੀ ਗੱਲ ਨਹੀਂ ਹੋਣੀ ਚਾਹੀਦੀ ਲੇਕਿਨ ਫਿਰ ਵੀ ਅੱਜ ਅੱਜ ਵੀ ਸਾਹਮਣੇ ਦੀ ਲੋੜ ਆ ਜਦੋਂ ਕਹਿੰਦੇ ਹੁੰਦੇ ਨਾ ਕੋਈ ਚੀਜ਼ਾਂ ਆਪਾਂ ਪੰਡ ਬਣ ਕੇ ਲੈ ਕੇ ਜਾਈਏ ਉਹ ਪੰਡ ਜੇ ਖਿੰਡ ਜਵੇ ਤਾਂ ਆਪਾਂ ਉਹਨੂੰ ਇਕੱਠੀ ਕਰਦੇ ਆ ਪੰਡ ਨੂੰ ਇਕੱਠੀ ਕਰਦੇ ਤਾਂ ਘਰ ਤੱਕ ਲੈ ਕੇ ਜਾਂਦੇ ਆ ਕੋਈ ਸਮਾਨ ਦੀ ਆ ਜਾਏ ਚਾਹੇ ਪੱਠਿਆਂ ਦੀ ਪੰਡ ਆ ਉਹ ਇਦਾਂ ਹੀ ਜਿਹੜਾ ਸਿੱਖਾਂ ਦਾ ਮਤਲਬ ਅੱਜ ਦੇ ਟਾਈਮ ਵਿੱਚ ਜਿਹੜਾ ਇਹ ਸਮਾਨ ਖਿਲਾਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਸਾਡੀ ਬੇਨਤੀ ਹੈ ਇਹ ਕਿ ਉਹ ਜੇ ਉਹਨਾਂ ਨੂੰ ਸਿਆਣੇ ਨਹੀਂ ਮੰਨਦੇ ਜਥੇਦਾਰ ਨੂੰ ਨਹੀਂ ਸਿਆਣਾ ਮੰਨਦੇ ਮੰਨ ਲਓ ਤਾਂ ਉਹ ਆਪ ਸਿਆਣੇ ਬਣ ਜਾਣ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਸੁਤੰਤਰ ਨੇ ਇਸ ਵੇਲੇ ਜਿਹੜੇ ਫੈਸਲੇ ਲੈਂਦੇ ਨੇ ਉਹ ਤਾਂ ਢੰਡਰੀਆਂ ਵਾਲੇ ਤਾਂ ਸਵਾਲ ਚੁੱਕਦੇ ਹਰ ਫੈਸਲੇ ਤੇ ਦੇਖੋ ਜਥੇਦਾਰ ਸਾਹਿਬ ਸੁਤੰਤਰਤਾ ਨਹੀਂ ਹੈ ਅੱਜ ਦੇ ਟਾਈਮ ਵਿੱਚ ਜਥੇਦਾਰ ਸਤੰਤਰ ਉਹ ਹੋ ਸਕਦੇ ਆ ਜੇ ਜੇ ਉਹਨਾਂ ਦੇ ਕੋਲ ਇੱਕ ਪੂਰਾ ਸਿਕੱਤਰਤ ਹੋਵੇ ਉਹਨਾਂ ਦਾ ਵਿਧਿ ਵਿਵਧਾਨ ਹੋਵੇ ਕਿ ਕਿੱਦਾਂ ਉਹਨੂੰ ਚੁਣਿਆ ਜਾਏਗਾ ਜਥੇਦਾਰ ਨੂੰ ਸਰਵੱਤ ਖਾਲਸਾ ਕਿੱਦਾਂ ਦਾ ਹੋਣਾ ਚਾਹੀਦਾ ਜਿਹੜਾ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੋਈ ਅ ਅਪਾਇੰਟ ਕਰ ਦੇਣਾ ਉਹ ਤਾਂ ਅਜੇ ਫੁੱਲ ਫੁੱਲ ਫਲੈਸ਼ਡ ਜਥੇਦਾਰ ਵੀ ਨਹੀਂ ਹੈਗੇ ਉਹ ਤਾਂ ਕਾਰਜਕਾਰੀ ਜਥੇਦਾਰ ਲਾਏ ਹੋਏ ਕਾਰਜਕਾਰੀ ਕਿਉਂ ਲਾਏ ਹੋਇਆ ਉਹ ਤਾਂ ਸਿੱਧੇ ਜਥੇਦਾਰ ਹੋਣੇ ਚਾਹੀਦੇ ਸੀ ਖੈਰ ਮੈਂ ਨਿੱਜੀ ਤੌਰ ਤੇ ਜਿਹੜਾ ਉਹ ਦੇਖਿਆ ਜਥੇਦਾਰ ਹਰਪੀ ਸਿੰਘ ਉਹ ਬਾਕੀ ਜਥੇਦਾਰਾਂ ਨਾਲੋਂ ਬਹੁਤ ਬਿਹਤਰ ਗੱਲਬਾਤ ਕਰ ਰਹੇ ਆ ਬਹੁਤ ਬਿਹਤਰ ਉਹਨਾਂ ਨੂੰ ਨੌਲੇਜ ਆ ਮਤਲਬ ਜਿਹੜੀ ਗੱਲਬਾਤ ਲੱਗਦੀ ਆ ਉਹ ਲੱਗਦੀ ਆ ਵੀ ਉਹ ਸੁਤੰਤਰ ਹੋਣ ਦੀ ਕੋਸ਼ਿਸ਼ ਆ ਜਾਂ ਉਹ ਸੁਤੰਤਰ ਹੋ ਰਹੇ ਆ ਲੇਕਿਨ ਗੱਲ ਇਹ ਆ ਵੀ ਜਦੋਂ ਸ਼੍ਰੋਮਣੀ ਕਮੇਟੀ ਕੋਈ ਵੀ ਸੰਸਥਾ ਜਿਹੜੀ ਇਲੈਕਸ਼ਨ ਲੜਨਾ ਚਾਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਇਹ ਮੁੱਦਾ ਨਹੀਂ ਚੱਕਦਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਕੇ ਅਸੀਂ ਜਥੇਦਾਰ ਨੂੰ ਸਖਤਰਤ ਬਣਾ ਕੇ ਅਸੀਂ ਇਸ ਤਰੀਕੇ ਨਾਲ ਸਰਬੱਤ ਖਾਲਸਾ ਬਣਾ ਬਲਾਵਾਂਗੇ ਇਸ ਤਰੀਕੇ ਨਾਲ ਅਸੀਂ ਜਥੇਦਾਰ ਜਿਹੜੇ ਆ ਉਹ ਤਾਕਤਾਂ ਦੇ ਅਪੁਆਇੰਟ ਕਰਾਂਗੇ ਇਸ ਤਰੀਕੇ ਨਾਲ ਉਹਨੂੰ ਲਾਵਾਂਗੇ ਉਹਨਾਂ ਤੋਂ ਬਾਅਦ ਦੀ ਜ਼ਿੰਦਗੀ ਜਿਹੜੀ ਆ ਉਹਨਾਂ ਦੀ ਉਹ ਕਿੱਦਾਂ ਕੱਟੀ ਜਾਏਗੀ ਜੇ ਕਿਉਂਕਿ ਪੂੰਜੀਵਾਦ ਇੰਨਾ ਪੂੰਜੀਵਾਦ ਦਾ ਫੈਸਾਰਾ ਹੋ ਚੁੱਕਿਆ ਹੈ ਕਿ ਪੈਸੇ ਦੇ ਬਿਨਾ ਇੱਕ ਕਦਮ ਪੱਟਣਾ ਬਹੁਤ ਔਖਾ ਹੋ ਗਿਆ ਜਿਹੜਾ ਕਿ ਸਿੱਖ ਜਿਹੜਾ ਸਿੱਖ ਜਿਹੜੀ ਫਿਲਾਸਫੀ ਆ ਉਹਦੇ ਵਿੱਚ ਇਹ ਬਿਲਕੁਲ ਉਲਟ ਚੱਲ ਰਿਹਾ ਕੰਮ ਸਿੱਖ ਜਿਹੜੀ ਸਿੱਖੀ ਸੋਚ ਆ ਉਹ ਤਾਂ ਸਮਾਜਵਾਦੀ ਸੋਚ ਆ ਉਹ ਲੇਕਿਨ ਉਹ ਚੀਜ਼ ਜਿਹੜੀ ਆ ਇਹ ਪੂੰਜੀਵਾਦ ਦੇ ਗੇੜ ਚ ਆ ਗਈ ਸਾਰੀ ਸਾਰੀ ਸਿੱਖ ਸਿਆਸਤ ਦੇ ਵਿੱਚ ਜਿੰਨੇ ਲੀਡਰ ਆ ਉਹ ਸਾਰੇ ਪੂੰਜੀਵਾਦ ਦੇ ਉਹਦੇ ਚ ਪ੍ਰਭਾਵ ਵਿੱਚ ਆ ਗਏ ਉਹ ਸਭ ਇਹ ਸੋਚਦੇ ਵੀ ਪੈਸਾ 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 ਲੇਕਿਨ ਜਥੇਦਾਰ ਸਾਹਿਬ ਕੋਈ ਵੀ ਆ ਉਹ ਪੰਜੇ ਤਖਤਾਂ ਦੇ ਜਿਹੜੇ ਜਥੇਦਾਰ ਆ ਉਹ ਸੁਤੰਤਰ ਇਦਾਂ ਹੋ ਸਕਦੇ ਆ ਵੀ ਜੇ ਉਹਨਾਂ ਨੂੰ ਇੱਕ ਵਿਧੀ ਵਿਧਾਨ ਬਣੇ ਉਹਨਾਂ ਦਾ ਸਖਤਰਤ ਹੋਵੇ ਸਖਤਰਤ ਹੋਣ ਤੋਂ ਬਾਅਦ ਉਹ ਜਿਹੜੇ ਆ ਸ਼੍ਰੋਮਣੀ ਕਮੇਟੀ ਹੋਰ ਪੰਥਕ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਵੇ ਹੋਰ ਗਿਆਨਮਾਨ ਲੋਕ ਇਕੱਠੇ ਹੋਣ ਉਹ ਉਹਨਾਂ ਨੂੰ ਚੁਣਿਆ ਵੀ ਜਾਵੇ ਉਹਨਾਂ ਨੂੰ ਲਾਉਣ ਦਾ ਵੀ ਵਿਧਾਨ ਹੋਵੇ ਉਹਨਾਂ ਦੀ ਰਿਟਾਇਰਮੈਂਟ ਦਾ ਵੀ ਵਿਧਾਨ ਹੋਵੇ ਉਹਨਾਂ ਦਾ ਪਿੱਛੇ ਜੀਵਨ ਅੱਗੇ ਕਿਵੇਂ ਕੱਟਣਾ ਉਹ ਕਿਦਾਂ ਦਾ ਹੋਵੇ ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਜਿਵੇਂ ਭਾਰਤ ਸਰਕਾਰ ਸਾਡਾ ਜਥੇਦਾਰ ਸਾਹਿਬ ਤਾਂ ਬਹੁਤ ਰੋਹਾਨੀਅਤ ਦੇ ਜਥੇਦਾਰ ਆ ਤੇ ਇਹ ਇੱਕ ਤਖਤ ਐਸਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਜਿਹੜਾ ਇਹਨਾਂ ਦਿੱਲੀ ਦੇ ਤਖਤ ਤੋਂ ਉੱਚਾ ਹੈ ਤੇ ਇਹ ਜਿਹੜਾ ਹੈ ਜ ਜਿਵੇਂ ਆਪਾਂ ਭਾਰਤ ਦੇ ਪ੍ਰਧਾਨ ਮੰਤਰੀ ਆ ਰਾਸ਼ਟਰਪਤੀ ਦੀ ਗੱਲ ਕਰੀਏ ਜਦੋਂ ਉਹਨਾਂ ਨੂੰ ਬਾਅਦ ਵਿੱਚ ਐਡੀਆਂ ਸਬਧਾਵਾਵਾਂ ਮਿਲਦੀਆਂ ਤਾਂ ਸਾਡੇ ਜਥੇਦਾਰ ਜਿਹੜੇ ਆ ਉਹਨਾਂ ਨੂੰ ਵੀ ਇਹ ਸਬਧਾਵਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਤੇ ਜਿਹੜਾ ਜਥੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਆ ਉਹ ਆਪਣਾ ਹਉਮਾ ਹੰਕਾਰ ਇੱਕ ਵਾਰ ਬੈਠ ਕੇ ਇੱਕ ਵਾਰ ਬੈਠ ਕੇ ਛਾਤੀ ਮਾਰਨ ਉਹ ਕਹੀ ਜਾਂਦੇ ਸਾਰਿਆਂ ਨੂੰ ਚੋਰ ਆ ਚੋਰ ਆ ਉਹ ਉਹ ਪੁਜਾਰੀ ਆ ਇਧਰੋਂ ਪੈਸਾ ਖਾਂਦਾ ਉਹ ਪੁਜਾਰੀ ਇਧਰੋਂ ਖਾਂਦਾ ਉਹ ਇੱਕ ਵਾਰ ਵੀ ਦੱਸ ਦੇਣ ਬਾਬੇ ਨਾਨਕ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਕਦੇ ਉਹਨਾਂ ਨੇ ਹਲ ਵਾਇਆ ਐਡੀ ਸਲਤਨਤ ਉਹਨਾਂ ਨੇ ਖੜੀ ਕੀਤੀ ਆ ਜੇ ਉਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਆ ਮੈਂ ਕਹਿੰਦਾ ਫਿਰ ਤਾਂ ਮੇਰਾ ਵੀ ਹਿੱਸਾ ਹੈ ਫਿਰ ਤੁਹਾਡਾ ਵੀ ਹਿੱਸਾ ਹੈ ਫਿਰ ਇਹਦਾ ਮਤਲਬ ਸਾਡਾ ਸਾਡਾ ਹੱਕ ਸਾਨੂੰ ਦੇ ਦਿਓ ਸਾਰੇ ਜਿਹਨੇ 2 ਕਰੋੜ ਦੀ ਆਬਾਦੀ ਆ 2 2.5 ਕਰੋੜ ਦੀ ਸਿੱਖਾਂ ਦੀ ਫਿਰ ਤਾਂ ਉਹਨਾਂ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਜੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਤੁਸੀਂ ਵਰਤੋਂ ਕਰਦੇ ਅਸੀਂ ਵੀ ਵਰਤੋਂ ਕਰਨੀ ਚਾਹੁੰਦੇ ਤੁਹਾਡੀ ਜਾਇਦਾਦ ਦੀ ਸਾਨੂੰ ਵੀ ਵਰਤੋਂ ਕਰਵਾਓ ਇਹ ਗੱਲ ਨਹੀਂ ਹੈਗੀ ਇਹ ਸਿਰਫ ਦਿਖਾਵਾ ਹੁੰਦਾ ਹੈ ਗੱਲ ਇਹ ਆ ਵੀ ਤੁਸੀਂ ਵਰਤੋਂ ਤਾਂ ਤੁਸੀਂ ਉਹ ਕਰ ਰਹੇ ਆ ਉਹ ਕੌਮ ਦਾ ਪੈਸਾ ਉਹ ਵੀ ਉਹ ਵੀ ਪੁਜਾਰੀਵਾਦ ਉਹ ਵੀ ਸੇਮ ਪੁਜਾਰੀਵਾਦ ਉਦਾਂ ਦਾ ਹੀ ਆ ਜਿੱਦਾਂ ਦਾ ਉਹ ਕਹਿੰਦੇ ਦੂਸਰਾ ਪੁਜਾਰੀਵਾਦ ਆ ਐਦਾਂ ਗਲਤ ਸ਼ਬਦਾਬਲੀਆ ਵਰਤਣ ਦੀ ਲੋੜ ਨਹੀਂ ਕੋਈ ਪੁਜਾਰੀਵਾਦ ਨਹੀਂ ਹੈਗਾ ਬੜੇ ਵਧੀਆ ਪ੍ਰਚਾਰਕਾ ਸਿੱਖਾਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਹੁਣ ਸਹੀ ਲੀਹਾਂ ਤੇ ਪ੍ਰਚਾਰ ਹੋ ਰਿਹਾ ਤੇ ਜਿਹੜੇ ਚੈਨਲ ਆ ਉਹ YouTube ਦੇ ਰਾਹੀਂ ਜਾਂ ਦੂਸਰੇ ਚੈਨਲ ਬੜੇ ਵਧੀਆ ਪ੍ਰਚਾਰ ਕਰ ਰਹੇ ਆ ਇਹ ਇੱਕ ਜਿਹੜਾ ਸਾਡੇ ਤੇ ਅਕਾਤ ਲੱਗਿਆ ਹੋਇਆ ਇਹ ਪੂੰਜੀਵਾਦ ਦੇ ਪਸਾਰੇ ਕਰਕੇ ਵੀ ਆ ਹਰਵਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਲੋਕ ਰੰਚ ਚੈਨਲ ਪੰਜਾਬੀ ਨੂੰ ਸਮਾਂ ਦੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ